ਪਿਛਲੇ ਲੰਬੇ ਸਮੇਂ ਤੋਂ ਨੂਰਪੁਰ ਬੇਦੀ 'ਚ ਜੰਗਲ ਮਾਫੀਆ ਸਰਗਰਮ ਹੋਣ ਦੇ ਚੱਲਦਿਆਂ ਖੈਰ ਦੀ ਲੱਕੜ ਦੀ ਕਟਾਈ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਪਿੰਡ ਕਰੂਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਜੰਗਲ ਮਾਫੀਆ ਵੱਲੋਂ ਦਰਜਣਾਂ ਦੇ ਕਰੀਬ ਖੈਰ ਦੇ ਦਰਖਤਾਂ ਦੀ ਕਟਾਈ ਕੀਤੀ ਗਈ ਹੈ। ਮੈਂ ਕਰੂਰਾ ਦਾ ਵਾਸੀ ਹੈ, ਮੈਂ ਦਫਾ 5 ਖੜਾ, ਇਹ ਸਾਡੀ ਮਲਕੀਤ ਹੈ। ਤਾਂ ਉਰੇ ਖੈਰ ਵੱਢ ਹੁੰਦਾ, ਜੰਗਲਾਤ ਮਹਿਕਮਾ ਇਹਨਾਂ ਦੇ ਨੱਥ ਨਹੀਂ ਪਾ ਸਕਦਾ ਚੋਰਾਂ ਦੇ। ਆਹ ਪਿੱਛੇ ਵੱਢ ਹੋਇਆ ਤੁਹਾਡੇ ਇੱਕ ਖੈਰ ਦਾ ਝੁੰਡਾ ਦੇਖ ਲਓ, ਉਹਦੇ ਤੇ ਸਾਡਾ ਖੈਰ ਵੱਢ ਹੋਈ ਜਾਂਦਾ, ਜੰਗਲਾਤ ਮਹਿਕਮਾ ਦੇਖਦਾ ਨਹੀਂ। ਕਿੰਨੇ ਕਿੰਨੀ ਉਹ ਹੈ ਇਹਦੇ ਸਹਿਜ, ਕਿੰਨਾ ਕਿੰਨਾ ਸੀ ਸਹਿਜ? ਕੋਈ 35 ਦਾ, ਕੋਈ ਘੱਟ ਹੈ ਜੀ, ਕੋਈ ਹਰੇਕ ਤਰ੍ਹਾਂ ਦਾ ਵੱਢਦਾ ਜੀ। ਦੇਖੋ ਜੀ, ਇਸ ਰੇਂਜ ਦੇ ਵਿੱਚ 1 ਅਪ੍ਰੈਲ ਤੋਂ ਲੈ ਕੇ 2017 ਤੋਂ ਲੈ ਕੇ ਹੁਣ ਤੱਕ 4 ਲੱਖ ਦੇ ਕਰੀਬ ਮੁਆਵਜ਼ਾ ਲੈ ਕੇ ਇਹਨਾਂ ਜੰਗਲਾਂ ਦੀ ਨਜਾਇਜ਼ ਕਟਾਈ ਦੇ ਰੁੱਖਾਂ ਦਾ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਚੁੱਕਿਆ, ਕਰਾਇਆ ਜਾ ਚੁੱਕਾ ਹੈ। ਔਰ ਜੇ ਕੋਈ ਅਜਿਹਾ ਮਾਮਲਾ ਹੈ ਮੇਰੇ ਧਿਆਨ ਵਿੱਚ ਹੁਣੇ ਆਇਆ, ਅਸਲੀ ਦੋਸ਼ੀਆਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। For all updated news, please subscribe Ava News and ring the bell.